ਡিয়ার ਸਟੂਡੈਂਟਸ ਤੁਸੀਂ ਆਪਣੀ ਪੰਜਾਬੀ ਦੀ ਬੁੱਕ ਨਵ ਅਮਰਦੀਪ ਪੰਜਾਬੀ ਸ਼ਬਦ ਰੂਪ ਵਿੱਚ ਪੇਜ ਨੰਬਰ 12 ਉੱਪਰ ਡੇਟ ਲਿਖ ਕੇ ਵਰਣਮਾਲਾ ਪੂਰੀ ਕਰੋ ਕਰਨ ਦਾ ਅਭਿਆਸ ਕਰਨਾ ਹੈ ਜਿਹੜੇ ਅੱਖਰ ਨਹੀਂ ਲਿਖੇ ਹੋਏ ਉਹ ਤੁਸੀਂ ਲਿਖ ਕੇ ਵਰਣਮਾਲਾ ਲੱਲੇ ਪੈਰ ਬਿੰਦੀ ਤੱਕ ਪੂਰੀ ਕਰਨੀ ਹੈ ਜਿਵੇਂ ਊੜਾ ਐੜਾ ਈੜੀ ਸੱਸਾ ਹਾਹਾ ਕੱਕਾ ਖਖਾ ਗੱਗਾ ਕੱਗਾ ੰਗਾ ਚਚਾ ਛੱਛਾ ਜੱਜਾ ਚੱਜਾ ਨਈਆ ਟੈਂਕਾ ਠੱਠਾ ਡੱਡਾ ਟੱਡਾ ਨਾਣਾ ਤੱਤਾ ਥੱਥਾ ਦੱਦਾ ਤੱਦਾ ਨੰਨਾ ਪੱਪਾ ਫੱਫਾ ਬੱਬਾ ਬਬ ਮਮ ਯਯ ਰਾਰ ਲਲ ਵਵ ਅੜਾ ਸਸੇ ਪੈਰ ਬਿੰਦੀ ਖਖੇ ਪੈਰ ਬਿੰਦੀ ਗਗੇ ਪੈਰ ਬਿੰਦੀ ਜਜੇ ਪੈਰ ਬਿੰਦੀ ਫਫੇ ਪੈਰ ਬਿੰਦੀ ਲਲੇ ਪੈਰ ਬਿੰਦੀ ਇਸ ਤਰ੍ਹਾਂ ਜਿਹੜੇ ਅੱਖਰ ਨਹੀਂ ਲਿਖੇ ਹੋਏ ਸੀ ਲਿਖ ਕੇ ਸਾਰੀ ਵਰਣਮਾਲਾ ਸੁੰਦਰ ਲਿਖਾਈ ਵਿੱਚ ਤੁਸੀਂ ਪੂਰੀ ਕਰਨੀ ਹੈ ਡিয়ার ਸਟੂਡੈਂਟਸ ਤੁਸੀਂ ਆਪਣੀ ਅੱਖਰ ਸੁਲੇਖ ਬੁੱਕ ਵਿੱਚ ਸਭ ਤੋਂ ਪਹਿਲਾਂ ਉੱਪਰ ਡੇਟ ਲਿਖੋ ਫਿਰ ਸਾਹਮਣੇ ਦਿੱਤੇ ਗਏ ਚਿੱਤਰਾਂ ਨੂੰ ਪੜੋ ਖਖਾ ਖੋਤਾ ਖਖਾ ਖੰਭ ਖਖਾ ਖਜੂਰ ਇੱਕ ਵਾਰ ਫੇਰ ਅਸੀਂ ਦੁਬਾਰਾ ਪੜ੍ਹਾਂਗੇ ਧਿਆਨ ਨਾਲ ਸੁਣੋ ਖਖਾ ਖੋਤਾ ਖਖਾ ਖੰਭ ਖਖਾ ਖਜੂਰ ਹੁਣ ਤੁਸੇ ਦਿੱਤੇ ਗਏ ਅੱਖਰ ਖਖੇ ਨੂੰ ਲਿਖਣ ਦਾ अभ्यास करो डॉट्स के ऊपर उपर सुंदर लिखाई करके खखा लिखो लाइन टच करके बोल बोल के खा लिखन का अभ्यास करो ਅਗਲੇ ਪੇਜ ਤੇ ਡੇਟ ਲਿਖ ਕੇ ਸਾਹਮਣੇ ਦਿੱਤੇ ਗਏ ਚਿੱਤਰਾਂ ਨੂੰ ਤੁਸੀਂ ਪੜੋ ਗੱਗਾ ਗਮਲਾ ਗੱਗਾ ਗਾਜਰ ਗੱਗਾ گا ਇੱਕ ਵਾਰੀ ਫੇਰ ਦੁਬਾਰਾ ਸੀ ਪੜਾਂਗੇ ਧਿਆਨ ਨਾਲ ਸੁਣੋ ਗੱਗਾ ਗਮਲਾ ਗੱਗਾ ਗਾਜਰ ਗੱਗਾ گا ਹੁਣ ਤੁਸੀਂ ਦਿੱਤੇ ਗਏ ਅੱਖਰ ਗੱਗੇ ਦਾ ਲਿਖਣ ਦਾ ਅਭਿਆਸ ਕਰੋ ਡਾਟਸ ਦੇ ਉੱਪਰ ਉੱਪਰ पेंसिल नाल लाइन टच करके लिखो लिखाई सुंदर करनी है बोल बोल के तुसी गग्गा लिखन दा अभ्यास करना है धन्यवाद